ਲੁਧਿਆਣਾ ਤੋਂ ਆਪਣੀ ਮਾਸੀ ਮਾਸੜ ਕੋਲ ਪੜਾਹੀਗੜ ਵਿਖੇ ਆ ਕੇ ਵਸੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਧਰਮਵੀਰ ਰੱਤੂ ਪੁੱਤਰ ਅਮਰਚੰਦ ਰੱਤੂ ਵਾਸੀ ਯੋਧਿਆਲ ਵਸਤੀ ਲੁਧਿਆਣਾ ਹਾਲ ਵਾਸੀ ਪੜਾਹੀਗੜ ਫਗਵਾੜਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਧਰਮਵੀਰ ਰੱਤੂ ਦੀ ਮੌਤ ਦਾ ਜ਼ਿੰਮੇਵਾਰ ਉਸਦੇ ਸਹੁਰੇ ਪਰਿਵਾਰ ਤੇ ਪਤਨੀ ਨੂੰ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਧਰਮਪ੍ਰੀਤ ਰੱਤੂ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਅਮਰੀਕਾ ਵਿੱਚ ਸੈਟਲ ਹੋ ਗਿਆ ਸੀ ਤੇ ਕਿਸੇ ਕਾਰਨ ਕੁਝ ਸਾਲ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆ ਕੇ ਆਪਣੀ ਮਾਸੀ ਮਾਸੜ ਕੋਲ ਆ ਕੇ ਮਹੱਲਾ ਰਣਜੀਤ ਨਗਰ ਵਿਖੇ ਕੋਠੀ ਤਿਆਰ ਕਰਵਾ ਕੇ ਰਹਿਣ ਲੱਗ ਪਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਧਰਮਪ੍ਰੀਤ ਰੱਤੂ ਇਸੇ ਹੀ ਵਜ੍ਹਾ ਕਾਰਨ ਪਿਛਲੇ ਕਾਫੀ ਸਮੇਂ ਤੋਂ ਤਣਾਅ ਵਿੱਚ ਰਹਿੰਦਾ ਸੀ, ਜਿਸ ਦੇ ਚੱਲਦਿਆਂ ਹੀ ਸੋਮਵਾਰ ਦੀ ਦੇਰ ਰਾਤ ਧਰਮਵੀਰ ਰੱਤੂ ਨੇ ਆਪਣੀ ਕੋਠੀ ਵਿੱਚ ਜਾ ਕੇ ਫਾਹ ਲੈ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹਨਾਂ ਦੋਸ਼ ਲਗਾਇਆ ਕਿ ਧਰਮਵੀਰ ਰੱਤੂ ਦੀ ਮੌਤ ਦੀ ਵਜ੍ਹਾ ਉਸ ਦੀ ਪਤਨੀ ਤੇ ਉਸਦਾ ਸਹੁਰਾ ਪਰਿਵਾਰ ਹੈ, ਕਿਉਂਕਿ ਉਸ ਦੀ ਪਤਨੀ ਨੇ ਉਸ ਤੋਂ ਬਿਨਾਂ ਪੁੱਛੇ ਤਲਾਕ ਲਏ ਬਿਨਾਂ ਹੀ ਕਿਸੇ ਹੋਰ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਮਾਮਲਾ ਭਾਅ ਜੀ ਇਹ ਆ, ਇਹ ਘਰ ਬਹੁਤ ਦੁਖੀ ਰਹਿੰਦੇ, ਸ਼ਰਾਬ ਪੀਣ ਲੱਗ ਪਏ ਜ਼ਿਆਦਾ। ਕੌਣ ਜੀ? ਛੋਟਾ ਭਰਾ ਮੇਰਾ। ਕੀ ਨਾਮ ਧਰਮਵੀਰ? ਕਿੱਥੋਂ ਆਇਆ ਸੀ ਉਹ? ਉਹ ਅਮਰੀਕਾ ਤੋਂ ਆਇਆ ਸੀ ਅਤੇ ਇੱਥੇ ਆ ਕੇ ਰਿਹਾਇਸ਼ ਕਰ ਲੈਣੀ, ਇੱਥੇ ਫੁਆਰੇ ਕੀਤੀ ਹੈ, ਕੁੱਟੀ ਰਿਹਾਇਸ਼ ਇਹਨੇ ਕੀਤੀ ਹੈ ਅਤੇ ਇਹਦੇ ਜਾਂ ਘਰ ਵਾਲੀ ਆਈ ਬਾਅਦ ਚੋਰੀ ਵਿਆਹ ਕਰਾਇਆ ਅਤੇ ਚਲੀ ਬਿਨਾਂ ਤਲਾਕ ਦਿੱਤੇ ਉਦੋਂ ਵਿਆਹ ਕਰਾਉਣੀ ਗਈ ਆ। ਅਤੇ ਇਹਦੇ ਭਰਾ ਵਿਆਹ ਕਰਾਉਣਾ, ਇਹਦੇ ਭਰਾ ਇਹਦੇ ਮਾਂ ਪਿਓ ਅਤੇ ਇੱਕ ਲੁਧਿਆਣੇ ਦੀ ਭੈਣ ਆ ਮੇਰੇ ਭਰਜਾਈ ਛੋਟੀ ਦੀ, ਉਹਦਾ ਜੀਜਾ ਜਿਹੜਾ ਮੇਰੇ ਭਰਾ ਦੇ ਘਰ ਵਾਲੇ ਜੀਜਾ ਲੁਧਿਆਣਾ ਰਹਿੰਦਾ ਜਿਹੜਾ, ਇਹ ਉਹਨੂੰ ਧਮਕੀ ਦਿੰਦੇ ਸੀਗੇ ਵੀ ਤੂੰ ਸਾਡੇ ਵਿਆਹ ਜਾ ਕੇ ਦਖਲ ਦੇਣਾ ਤੇ ਤੈਨੂੰ ਮਾਰ ਦੇਣਾ। ਅਸੀਂ ਇਹ ਸਾਡੇ ਕੋਠੀ 'ਚ ਕੈਮਰੇ ਲਗਾਏ ਸੀ, ਇਕੱਲਾ ਰਹਿੰਦਾ ਸੀ ਇਹ, ਚੱਲ ਕੋਈ ਇਹਨੂੰ ਸਾਡੇ ਕੋਈ ਕੁਛ ਕਵੇ ਨਾ ਇਹਨੂੰ ਉੱਥੇ, ਪਰ ਜੇ ਉਹਦੀ ਡਰ ਕੇ ਜਾਂ ਉਹਦੀ ਟੈਨਸ਼ਨ ਦੇ ਵਿੱਚ ਇਹ ਚਲੇ ਗਿਆ ਉਹਨਾਂ ਵਿੱਚ, ਉਹਨਾਂ ਨੇ ਬਹੁਤ ਧਮਕੀਆਂ ਧਮਕੀਆਂ ਦਿੰਦੇ ਰਹੇ ਸੀ ਇਹਦੇ ਸਹੁਰੇ ਪਰਿਵਾਰ ਵਾਲੇ। ਸਾਡੇ ਲਈ ਇਨਸਾਫ ਚਾਹੀਦੇ ਵੀ ਸਹੁਰੇ ਪਰਿਵਾਰ ਉਹਨਾਂ ਨੂੰ ਬੱਚੇ। ਉਹ ਕਿੱਥੇ ਰਹਿੰਦਾ ਸਹੁਰਾ ਪਰਿਵਾਰ? ਸਹੁਰਾ ਪਰਿਵਾਰ ਆਪਣੇ ਕੁਲਥਮ ਆ ਜੀ। ਕੁੜੀ ਇਸ ਟਾਈਮ ਅਮਰੀਕਾ 'ਚ? ਇਸ ਟਾਈਮ ਕੁੜੀ ਅਮਰੀਕਾ 'ਚ, ਉਹਦੀ ਕੁੜੀ ਵੀ ਛੋਟੀ ਉਹਦੀ ਵੀ ਅਮਰੀਕਾ 'ਚ ਹੀ। ਅਤੇ ਤੁਹਾਡੇ ਭਰਾ ਨੇ ਕੀ ਕੀਤਾ ਫਿਰ ਰਾਤੀ? ਰਾਤੀ ਉਹ ਬਸ ਹੁਣ ਭਾਅ ਜੀ ਕੀ ਪਤਾ, ਮੈਂ ਤਾਂ ਲੁਧਿਆਣੇ ਆਇਆ, ਮੈਨੂੰ ਦੱਸਿਆ ਜੇ ਫੋਨ ਆਇਆ ਵੀ ਇੱਦਾਂ ਉਹਨੇ ਸੁਸਾਈਡ ਕਰ ਲਈ ਆ ਉਹਦੀ, ਪਰ ਉਹ ਦੁਖੀ ਇਹ ਚੀਜ਼ ਤੋਂ ਰਹਿੰਦਾ ਸੀ, ਬਸ ਟੈਨਸ਼ਨ ਸੀ ਉਹਨੂੰ ਆਹ ਬਈ ਮੈਨੂੰ ਇੱਕ ਵਾਰੀ ਮੇਰੀ ਕੁੜੀ ਨੇ ਮੈਨੂੰ ਮਿਲਾ ਦਿਉ, ਕੁੜੀ ਮਿਲਾ ਦਿਉ, ਪਰ ਉਹ ਧਮਕੀ ਦਿੰਦੀ ਸੀ ਉਹਦੇ ਸਹੁਰੇ ਪਰਿਵਾਰ ਨੂੰ, ਇਨਸਾਫ ਚਾਹੀਦਾ ਬਸ ਮੈਨੂੰ, ਉਹ ਨਹੀਂ ਕੁਛ ਚਾਹੀਦਾ। ਉਧਰ ਦੂਸਰੇ ਪਾਸੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਰਾਤ ਮੁੰਡਾ ਧਰਮਵੀਰ ਰੱਤੂ ਇਹ ਪਹਿਲਾਂ ਬਾਹਰ ਦੇਸ਼ ਗਿਆ, ਅਮਰੀਕਾ ਗਿਆ ਸੀ ਅਤੇ ਅਮਰੀਕਾ ਤੋਂ ਇਹ ਵਾਪਸ ਆਇਆ ਜੀ, ਅਤੇ ਵਾਪਸ ਆਉਣ ਤੋਂ ਬਾਅਦ ਇਹਦਾ ਕੋਈ ਪਾਸਪੋਰਟ ਜਿਹੜਾ ਖਰਾਬ ਹੋ ਗਿਆ ਸੀ, ਇਸ ਕਰਕੇ ਇਹ ਬਾਹਰ ਨਹੀਂ ਜਾ ਸਕਿਆ ਜੀ, ਅਤੇ ਇਸ ਕਰਕੇ ਜਿਹੜਾ ਹੈਗਾ ਰਾਤ ਸੁਸਾਈਡ ਕਰ ਲਿਆ ਜੀ। ਕੀ ਕਾਰਨ ਕੀ ਸਰ ਸੁਸਾਈਡ ਦਾ? ਫਿਲਹਾਲ ਤਾਂ ਕਾਰਨ ਇਹ ਹੋਇਆ ਕਿ ਮਾਨਸਰ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਜੀ ਬਾਹਰ ਨਾਲ ਕਰਕੇ, ਇਸ ਵਜ੍ਹਾ ਕਰਕੇ ਇਹਦਾ ਕੀਤਾ ਜੀ। ਕਿੰਨੇ ਬੱਚੇ ਸਰ ਇਹਦੇ? ਇਹਦੀ ਇੱਕ ਬੇਟੀ ਹੈ ਜੀ, 174 ਦੀ ਕਾਰਵਾਈ ਕੀਤੀ ਹੈ ਜੀ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਵੀ ਕਾਰਵਾਈ ਲੀਗਲ ਲੱਗ ਰਹੀ ਹੋਊਗੀ ਕਾਰਵਾਈ ਕੀਤੀ ਜੀ।